ਗੁੱਡ ਆਫਟਰਨੂਨ ਐਵਰੀਬਡੀ, ਵੈਲਕਮ। ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ, ਇੱਕ ਫਿਰੋਜ਼ਪੁਰ ਦੇ ਵਿੱਚ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ, ਅਤੇ ਮੈਂ ਪਹਿਲਾਂ ਇੰਟਰੋਡਿਊਸ ਕਰ ਦਿੰਦਾ, ਮੈਡਮ ਸੌਮਿਆ ਮਿਸ਼ਰਾ ਜੀ SSP ਫਿਰੋਜ਼ਪੁਰ ਨੇ, ਸੰਦੀਪ ਗੋਇਲ ਸਾਡੇ AIG AGTF ਨੇ, ਬਿਕਰਮ ਬਰਾੜ DSP ਨੇ AGTF, ਅਤੇ ਰਾਜਨ ਪਰਮਿੰਦਰ DSP ਨੇ AGTF ਦੇ ਵਿੱਚ। ਅਤੇ ਮੈਂ ਮੈਨੂੰ ਰਿਕੁਐਸਟ ਕਰਦਾ, ਜਿਹੜਾ ਇੰਸੀਡੈਂਟ ਹੋਇਆ ਉਹਦੇ ਬਾਰੇ ਤੁਹਾਨੂੰ ਬਰੀਫਲੀ ਪਹਿਲਾਂ ਦੱਸ ਦੇਣਗੇ, ਅਤੇ ਦੈਨ ਜਿਵੇਂ ਜਿਵੇਂ ਹੋਊਗਾ ਆਪਾਂ ਵਿਲ ਫਰਦਰ ਕੀਪ ਔਨ ਸ਼ੇਅਰਿੰਗ। ਸਤਿ ਸ਼੍ਰੀ ਅਕਾਲ ਜੀ। ਮਿਤੀ 3 ਸਤੰਬਰ 2024 ਨੂੰ ਫਿਰੋਜ਼ਪੁਰ ਸਿਟੀ ਦੇ ਕੰਬੋਜ ਨਗਰ ਇਲਾਕੇ ਦੇ ਵਿੱਚ 6 ਅਨਨੋਨ ਅਸੇਲੈਂਸ ਨੇ ਆ ਕੇ ਇੱਕ ਗਾੜੀ ਦੇ ਉੱਪਰ ਤਾਬੜਤੋੜ ਫਾਇਰਿੰਗ ਕੀਤੀ ਸੀਗੀ। ਉਹਦੇ ਬਾਅਦ ਜੋ ਉਹਨਾਂ ਦਾ ਟਾਰਗੇਟ ਸੀਗਾ ਉਹ ਸੀਗਾ ਦਿਲਦੀਪ ਸਿੰਘ। ਇਹਨਾਂ ਦੀ ਵੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਰਹੀ ਹੈ। ਅਨਫੋਰਚੁਨੇਟਲੀ ਉਹਨਾਂ ਦੇ ਸਾਥ ਉਹਨਾਂ ਦੀ ਕਜ਼ਨ ਸਿਸਟਰ ਅਤੇ ਉਹਨਾਂ ਦੇ ਫਰੈਂਡਸ ਵੀ ਸੀਗੇ। ਟੋਟਲ 3 ਦੀ ਮ੍ਰਿਤਿਊ ਹੋਈ, ਉਹਨਾਂ ਦੀ ਕਜ਼ਨ ਸਿਸਟਰ, ਉਹਨਾਂ ਦਾ ਦੋਸਤ ਆਕਾਸ਼ਦੀਪ, ਅਤੇ ਜਿਹੜੇ 2 ਉਹਨਾਂ ਦੇ ਨਾਲ ਔਰ ਗਾੜੀ ਦੇ ਵਿੱਚ ਸਵਾਰ ਸੀਗੇ ਉਹ ਇੰਜਰਡ ਸੀਗੇ, ਅਤੇ ਹੁਣ ਵੀ ਉਹ ਐਡਮਿਟ ਹੈਗੇ ਐਂਡ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਬਾਅਦ ਅਫਕੋਰਸ ਟੀਮਸ ਵਰ ਫੋਰਮਡ ਐਂਡ ਮਾਨਯੋਗ DGP ਪੰਜਾਬ ਪੁਲਿਸ ਕੀ ਹਿਦਾਇਤ ਅਨੁਸਾਰ ਆਲ ਦਾ ਟੀਮਸ, ਆਲ ਦਾ ਕੰਪੋਨੈਂਟਸ, ਕਾਊਂਟਰ ਇੰਟੈਲੀਜੈਂਸ, ਡਿਸਟ੍ਰਿਕਟ ਪੁਲਿਸ ਐਂਡ ਅਫਕੋਰਸ AGTF, ਐਵਰੀਬਡੀ ਸਪਰੰਗ ਇਨ ਟੂ ਐਕਸ਼ਨ। ਜਿਹੜਾ ਇਹਦੇ ਵਿੱਚ ਪਹਿਲਾ ਅਰੈਸਟ ਹੋਇਆ ਉਹ 6 ਸਤੰਬਰ ਨੂੰ ਹੋਇਆ, ਦਿਲਦੀਪ ਨਾਮ ਦੇ ਬੰਦੇ ਦਾ। ਉਹਦਾ ਬੇਸਿਕ ਰੋਲ ਇਹ ਸੀਗਾ ਕਿ ਉਹ ਇਹਨਾਂ ਦੀ ਰੇਕੀ ਕਰਦਾ ਸੀਗਾ, ਅਤੇ ਇਹ ਕਿੱਥੇ ਜਾਂਦੇ ਆ, ਕੀ ਕਰਦੇ ਆ ਪੂਰੇ ਦਿਨ, ਦਿਲਦੀਪ ਦੇ ਉੱਪਰ ਵਾਚ ਰੱਖਦਾ ਸੀਗਾ। ਇਸ ਤੋਂ ਅੱਗੇ ਮੈਂ ਸਰ ਨੂੰ ਰਿਕੁਐਸਟ ਕਰਾਂਗੀ ਕਿ ਉਹ ਸਾਰੀ ਚੀਜ਼ਾਂ ਤੁਹਾਨੂੰ ਦੱਸਾਂਗੇ। ਜਿਵੇਂ ਮੈਮ ਨੇ ਪਹਿਲਾਂ ਤੁਹਾਨੂੰ ਦੱਸਿਆ, ਕਿਉਂਕਿ ਇਸ ਕੇਸ ਜਿਹੜਾ ਹੈਗਾ ਬੜਾ ਸੈਂਸੇਸ਼ਨਲ ਸੀ, ਟ੍ਰਿਪਲ ਮਰਡਰ ਹੋਣ ਕਰਕੇ ਇਕਦਮ ਬੜਾ ਸਹਿਮ ਦਾ ਮਾਹੌਲ ਹੋ ਗਿਆ, ਅਤੇ ਇੱਕ ਮੀਡੀਆ ਦੇ ਵਿੱਚ ਬੜੀ ਵਾਇਰਲ ਹੋਈਆਂ ਜਿਹੜੀਆਂ ਉਹਦੀਆਂ ਸ਼ੂਟਿੰਗ। ਇਹਨਾਂ ਸਾਰਿਆਂ ਨੂੰ ਦੇਖਦੇ ਹੋਏ DGP ਸਾਹਿਬ ਨੇ ਪਰਸਨਲੀ ਜਿਹੜੇ ਹੈਗੇ ਨੇ ਕਾਊਂਟਰ ਇੰਟੈਲੀਜੈਂਸ ਅਤੇ AGTF ਦੇ DGP ਅਡੀਸ਼ਨਲ DG ਸਾਰੇ ਮਿਸਟਰ ਪ੍ਰਮੋਦ ਬਾਨ, ਇਹਨਾਂ ਸਭ ਦੀ ਡਿਊਟੀ ਲਗਾਈ ਗਈ, ਅਤੇ ਇਹਨਾਂ ਨੂੰ ਬੜਾ ਜਿੰਨਾ ਵੀ ਛੇਤੀ ਹੋ ਸਕਦਾ ਇਹਦੇ ਜਿਹੜੇ ਅਕਿਊਜ਼ ਨੂੰ ਅਰੈਸਟ ਕੀਤਾ ਜਾਵੇ ਅਤੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਅਤੇ AGTF ਨੇ ਆਪਣੀਆਂ ਜਿਹੜੀਆਂ ਟੀਮਸ, ਜਿਹੜੀਆਂ ਸਾਡੀਆਂ ਟੈਕਨੀਕਲ ਅਤੇ ਹਿਊਮਨ ਸੋਰਸਿਸ ਤੋਂ ਲੀਡਸ ਨੂੰ ਫੋਲੋ ਕਰਨਾ ਸ਼ੁਰੂ ਕੀਤਾ, ਜਿਹੜੀ ਕਿ CCTV ਦੇ ਜਿਹੜੇ ਉਹਨਾਂ ਦੇ ਅਕਿਊਜ਼ ਨੇ ਜਿਹੜੇ ਆਏ ਸੀਗੇ, ਕਿਸ ਰਸਤੇ ਤੋਂ ਆਏ ਸੀ, ਕਿਹੜੇ ਪਾਸੇ ਨੂੰ ਜਾ ਰਹੇ ਸੀ, ਉੱਥੋਂ ਵੀ ਪਲੱਸ ਜਿਹੜੇ ਸਾਡੇ ਸੋਰਸਿਸ ਨੇ ਜਿਨ੍ਹਾਂ ਦੇ ਉਹਨਾਂ ਤੋਂ ਉਹਨਾਂ ਦੀ ਇਨਫੋਰਮੇਸ਼ਨ 'ਤੇ ਬੇਸਡ ਕੁਝ ਲੀਡਸ ਡਿਵੈਲਪ ਕੀਤੀਆਂ, ਉਹਨਾਂ ਲੀਡਸ 'ਤੇ ਕੰਮ ਕਰਦੇ ਹੋਏ ਜਿਹੜੀ ਹੈਗੀ ਹੈ ਸਾਨੂੰ ਇਨਫੋਰਮੇਸ਼ਨ ਇਹਨਾਂ ਦੀ ਜਿਹੜੀ ਹੈਗੀ ਹੈ, ਸਸਪੈਕਟ ਜਿਹੜੇ ਅਕਿਊਜ਼ ਸੀਗੇ ਇਹਨਾਂ ਬਾਰੇ ਮੂਵਮੈਂਟ ਦਾ ਪਤਾ ਲੱਗਿਆ, ਇਹ ਸਾਨੂੰ ਅਸੀਂ ਇਹਨਾਂ ਨੂੰ ਲੋਕੇਟ ਕੀਤਾ ਨੰਦੇੜ ਸਾਹਿਬ ਦੇ ਵਿੱਚ। ਜਦੋਂ ਇਹਨਾਂ ਦੀ ਲੋਕੇਸ਼ਨ ਸਾਡੇ ਕੋਲ ਕਨਫਰਮੇਸ਼ਨ ਹੋਈ ਤਾਂ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸਾਡੇ ਐਡੀਸ਼ਨਲ DG ਸਾਹਿਬ ਨੇ, DG ਸਾਹਿਬ ਦੇ ਥਰੂ ਜਿਹੜੀ ਮਹਾਰਾਸ਼ਟਰਾ ਪੁਲਿਸ ਅਤੇ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਉਹਨਾਂ ਨੂੰ ਜ਼ੀਰੋ ਇਨ ਕੀਤਾ ਵੀ ਐਗਜੈਕਟਲੀ ਹੈ ਕਿੱਥੇ ਨੇ। ਉੱਥੇ ਉਹਨਾਂ ਦੀ ਮੂਵਮੈਂਟ 'ਤੇ ਜਦੋਂ ਵਾਚ ਰੱਖੀ ਤਾਂ ਇੱਕ ਅਸੀਂ ਐਂਟੀਸਪੇਟ ਕਰ ਰਹੇ ਸੀ, ਸਾਡੀਆਂ ਟੀਮਸ ਜਿਹੜੀਆਂ DSP ਰਾਜਨ ਪਰਮਿੰਦਰ ਅਤੇ ਇੱਥੋਂ ਅਸੀਂ ਟੀਮਸ ਰਸ਼ ਕੀਤੀਆਂ, ਉਹ ਹਲੇ ਔਨ ਦਾ ਵੇ ਸੀਗੀਆਂ, ਤਾਂ ਸਡਨਲੀ ਜਿਹੜੀ ਹੈਗੀ ਹੈ ਉਹਨਾਂ ਦੀ ਕੋਈ ਮੂਵਮੈਂਟ ਨਜ਼ਰ ਆਈ। ਉਹਨਾਂ ਨੇ ਉੱਥੋਂ ਕੋਈ ਲੋਕਲ ਟੈਕਸੀ ਹਾਇਰ ਕੀਤੀ, ਅਤੇ ਜਦੋਂ ਹੀ ਉਹਨਾਂ ਨੇ ਮੂਵਮੈਂਟ ਸ਼ੁਰੂ ਕੀਤੀ ਤਾਂ ਅਸੀਂ ਜਿਹੜੀ ਹੈਗੀ ਐਡੀਸ਼ਨਲ DG ਸਾਹਿਬ ਨੇ
AGTF Mr. Baan, ਉਹਨਾਂ ਨੇ ਸ਼ੇਅਰ ਕੀਤੀ ਹੈ ਇਨਫੋਰਮੇਸ਼ਨ ਮਹਾਰਾਸ਼ਟਰ ਪੁਲਿਸ ਦੇ ਸੰਭਾ ਸ਼ਿਵਾ ਨਗਰ ਦੇ ਜਿਹੜੇ ਜਿਹੜਾ ਡਿਸਟ੍ਰਿਕਟ ਔਰੰਗਾਬਾਦ ਹੈ ਉਹਨਾਂ ਦੇ ਕਮਿਸ਼ਨਰ ਪੁਲਿਸ ਨਾਲ ਤੇ ਇੱਕ ਲੋਕੇਸ਼ਨ ਦੇਖ ਕੇ ਜਿੱਥੇ ਸਟ੍ਰੈਟਜਿਕ ਲੋਕੇਸ਼ਨ ਦੇਖ ਕੇ ਜਿਹੜੀ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਐਕਸਪ੍ਰੈਸਵੇ ਹੈ ਉਹਦੇ ਤੇ ਉਹਨਾਂ ਨੂੰ ਜਿਹੜੀ ਗੱਡੀ ਨੂੰ ਰੋਕਿਆ ਗਿਆ ਇੰਟਰਸੈਪਟ ਕੀਤਾ ਗਿਆ ਤੇ ਇੰਟਰਸੈਪਟ ਕਰਕੇ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ 6 ਜਿਹੜੇ ਅਕਿਊਜ਼ਡ ਇਨਕਲੂਡ ਪਲੱਸ ਇੱਕ ਡਰਾਈਵਰ ਜਿਹੜੇ ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹ ਜਿਹੜੀ ਉਹਨਾਂ ਨੂੰ ਉੱਥੋਂ ਪੁਲਿਸ ਸਟੇਸ਼ਨ ਦੇ ਵਿੱਚ ਲਿਜਾਇਆ ਗਿਆ ਪੁਲਿਸ ਸਟੇਸ਼ਨ ਤੋਂ ਲਿਜਾ ਕੇ ਉਹਨਾਂ ਦਾ ਰਿਮਾਂਡ ਹਾਸਲ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਦੇ ਆਰ ਬੀਂਗ ਬਰੋਟ ਟੂ ਫਿਰੋਜ਼ਪੁਰ ਸੋ ਇਹਦੇ 'ਚ ਜਿਹੜੀ ਇੰਪੋਰਟੈਂਟ ਗੱਲ ਜਿਹੜੀ ਹੈਗੀ ਹੈ ਕਿ ਇੱਕ ਬਹੁਤ ਵਧੀਆ ਐਗਜ਼ਾਮਪਲ ਸੀਗਾ ਟੀਮ ਵਰਕ ਦਾ ਜਿਹੜੀਆਂ ਡਿਫਰੈਂਟ ਟੀਮਸ ਨੇ ਕੰਮ ਕੀਤਾ ਡਿਫਰੈਂਟ ਏਜੰਸੀਜ਼ ਤੇ ਡਿਫਰੈਂਟ ਸਟੇਟ ਪੁਲਿਸ ਫੋਰਸਿਸ ਨੇ ਇੱਕ ਕੋਆਰਡੀਨੇਸ਼ਨ ਦੀ ਮਿਸਾਲ ਦਿਖਾਈ ਜਿਹਦੇ ਕਰਕੇ ਇਹ ਜਿਹੜੇ ਸਾਰੇ ਅਕਿਊਜ਼ ਜਿਹੜੇ ਗ੍ਰਿਫਤਾਰ ਹੋ ਸਕੇ ਜੇ ਇਹ ਇੱਥੋਂ ਨਾ ਮਿਲਦੇ ਜਾਂ ਇੱਥੋਂ ਨਿਕਲ ਜਾਂਦੇ ਪ੍ਰੋਬੇਬਲੀ ਇਹਨਾਂ ਨੇ ਮੁੰਬਈ ਜਾਣਾ ਸੀਗਾ ਉਸ ਤੋਂ ਬਾਅਦ ਸ਼ਾਇਦ ਉਹ ਸਾਡੇ ਹੱਥ ਨਾ ਲੱਗਦੇ ਜਾਂ ਅਲੱਗ ਅਲੱਗ ਹੋ ਜਾਂਦੇ ਤੋ ਇਹ ਇੱਕ ਵੀ ਥੈਂਕ ਦੀ ਮਹਾਰਾਸ਼ਟਰ ਪੁਲਿਸ ਐਂਡ ਦੀ ਅਦਰ ਸਿਸਟਰ ਏਜੰਸੀਜ਼ ਜਿਨ੍ਹਾਂ ਨੇ ਸਾਨੂੰ ਇਸ ਆਪਰੇਸ਼ਨ ਵਿੱਚ ਜਿਹੜੀ ਹੈਗੀ ਹੈ ਸਾਡੀ ਹੈਲਪ ਕੀਤੀ ਤੇ ਅਸਿਸਟੈਂਸ ਪ੍ਰੋਵਾਈਡ ਕੀਤੀ ਦੈਟਸ ਆਲ ਜੇ ਜਵਾਨ ਸਾਹਿਬ ਜਿਹੜਾ ਮੁੰਬਈ ਦੇ ਵਿੱਚ ਗਏ ਜੇ ਮੁੰਬਈ ਦੇ ਵਿੱਚ ਗਏ ਨੇ ਕੀ ਇਹਨਾਂ ਦਾ ਕੋਈ ਮੋਟਿਵ ਇੱਦਾਂ ਦਾ ਸੀਗਾ ਕਿ ਮੁੰਬਈ ਜਾ ਕੇ ਥਰੂ ਸੀ ਰੂਟਸ ਇਹਨਾਂ ਨੇ ਬਾਰਡਰਸ ਕ੍ਰੋਸ ਕਰਨੇ ਸੀ ਜਾਂ ਕੁਝ ਇੱਦਾਂ ਦਾ ਕੁਝ ਇਹਨਾਂ ਦਾ ਇਨਵੈਸਟੀਗੇਸ਼ਨ ਸਾਹਮਣੇ ਆਇਆ ਅਗਰ ਹਥਿਆਰ ਜਿਹੜੇ ਵਰਤੇ ਗਏ ਨੇ ਉਹ ਕਿੱਥੋਂ ਆਏ ਸੀਗੇ ਇਹ ਜਿਹੜੀ ਇਹਨਾਂ ਦੀ ਮੁੰਬਈ ਦੇ ਜਾਣ ਦਾ ਮੇਨ ਮਕਸਦ ਤਾਂ ਇਹੀ ਸੀਗਾ ਕਿ ਵੀ ਅਸੀਂ ਇੱਥੋਂ ਵੱਡੇ ਸ਼ਹਿਰ ਦੇ ਵਿੱਚ ਚਲੇ ਜਾਵਾਂਗੇ ਤੇ ਉਹਦੇ ਸ਼ਾਇਦ ਅਸੀਂ ਇਨਕੋਗਨੀਟੋ ਹੋ ਜਾਵਾਂਗੇ ਯੈਸ ਇਹਨਾਂ ਨੇ ਅਲੱਗ ਅਲੱਗ ਹੋ ਜਾਣਾ ਸੀਗਾ ਤੇ ਉੱਥੋਂ ਉਹਨਾਂ ਨੇ ਫਿਰ ਸਾਨੂੰ ਟਰੈਕ ਕਰਨਾ ਬੜਾ ਮੁਸ਼ਕਿਲ ਹੋ ਜਾਣਾ ਸੀ ਜਿਹੜੀ ਤੁਸੀਂ ਵੈਪਨਸ ਦੀ ਗੱਲ ਕਰ ਰਹੇ ਹੋ ਜੇ ਇਹਨਾਂ ਦੇ ਹਲੇ ਜਿਹੜੇ ਵੈਪਨਸ ਨੇ ਹਲੇ ਸਾਡੇ ਕੋਲ ਆਉਣਗੇ ਇਹਨਾਂ ਦੀ ਇੰਟੈਰੋਗੇਸ਼ਨ ਕਰਕੇ ਫਰਦਰ ਜਿਹੜੀ ਹੈਗੀ ਹੈ ਇਹਨਾਂ ਦੇ ਹਲੇ ਤਾਂ ਪ੍ਰਿਲੀਮਨਰੀ ਇੰਟੈਰੋਗੇਸ਼ਨ ਕੀਤੀ ਹੈ ਜਿੰਨੀ ਕੁ ਸਾਡੇ ਕੋਲ ਇਨਫੋਰਮੇਸ਼ਨ ਮਿਲੀ ਹੈ ਪਰ ਜਦੋਂ ਸਾਡੇ ਕੋਲ ਆ ਜਾਂਦੇ ਨੇ ਪੁਲਿਸ ਰਿਮਾਂਡ ਉਹਨਾਂ ਦਾ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਅਪਡੇਟ ਦੇ ਦਾਂਗੇ ਗੁਰਮੀਤ ਸਰ ਇਹਨਾਂ ਦਾ ਪ੍ਰੋਫਾਈਲ ਕੀ ਹੈ ਇਹਨਾਂ ਦਾ ਪ੍ਰੋਫਾਈਲ ਕੀ ਔਰ ਦੂਜੀ ਗੱਲ ਇਹਨਾਂ ਨੂੰ ਜਿਹੜੀ ਲੋਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਸੀ ਜਿੱਦਾਂ ਤੁਸੀਂ ਕਿਹਾ ਮੈਮ ਨੇ ਕਿਹਾ ਕਿ ਰੈਕੀ ਹੋਈ ਹੈ ਪੂਰੀ ਪਲੈਨਿੰਗ ਹੋਈ ਹੈ ਦਲਦੀਪ ਦੇ ਨਾਲ ਇਹਨਾਂ ਦੀ ਰਣਨੀਤੀ ਤੇ ਇਹਨਾਂ ਦੀ ਦੁਸ਼ਮਣੀ ਕੀ ਕਿਉਂਕਿ ਦੋ ਮਾਮਲੇ ਉਹਦੇ ਤੇ ਆਲਰੇਡੀ ਦਰਜ ਸੀਗੇ ਮੋਹਾਲੀ ਜੇ ਤੇ ਫਿਰੋਜ਼ਪੁਰ ਦੇ ਵਿੱਚ ਮੈਮ ਤੇ ਇਹਨਾਂ ਦੀ ਪ੍ਰੋਫਾਈਲ ਕੀ ਹੈ ਜਿਹੜੇ ਵੀ ਅਕਿਊਜ਼ ਫੜੇ ਗਏ ਸੋ ਮੈਂ ਬੇਸਿਕ ਤਾਂ ਇਹਨਾਂ ਦੀ ਪਰਸਨਲ ਐਨੀਮਿਟੀ ਹੈ ਪਰਸਨਲ ਇੰਡੀਵਿਜੁਅਲੀ ਇਹਨਾਂ ਦੀ ਕੀ ਪ੍ਰੋਫਾਈਲ ਹੈਗੀ ਹੈ ਇਹ ਮੈਡਮ ਸੌਮਿਆ ਜੀ ਤੁਹਾਨੂੰ ਇਹਦੇ ਦੇ ਸ਼ੇਅਰ ਕਰ ਦੇਣਗੇ ਇਨਫੋਰਮੇਸ਼ਨ ਜਿਵੇਂ ਆਪਨੇ ਕਿਹਾ ਜਿਹੜਾ ਵਿਕਟਿਮ ਹੈਗਾ ਉਹਨਾਂ ਦੇ ਉੱਪਰ ਪੁਰਾਣੇ ਦੋ ਪਰਚੇ ਇੱਕ 2013 ਦਾ ਫਿਰੋਜ਼ਪੁਰ ਮੇ ਇੱਕ 2019 ਦਾ ਮੋਹਾਲੀ ਦੇ ਵਿੱਚ ਇਸ ਤੋਂ ਇਲਾਵਾ ਇਹਨਾਂ ਨੂੰ ਜਿਨ੍ਹਾਂ ਨੇ ਟਾਰਗੇਟ ਕੀਤਾ ਸੀਗਾ ਜਿਹੜੇ ਬੰਦੇ ਫੜੇ ਗਏ ਆਲ ਦਾ 6 ਸ਼ੂਟਰਸ ਹੈਵ ਬੀਨ ਕਾਟ ਪਹਿਲਾ ਜਿਹੜਾ ਰਵਿੰਦਰ ਸਿੰਘ ਅਲਿਆਸ ਰਵੀ ਇਹਦੇ ਉੱਪਰ 8 ਪਰਚੇ ਹੈ ਗੁਰਪ੍ਰੀਤ ਸਿੰਘ ਅਲਿਆਸ ਗੋਪੀ ਇਹਦੇ ਉੱਪਰ 5 ਪਰਚੇ ਨੇ ਰਾਜਵੀਰ ਸਿੰਘ ਜਿਹਨੂੰ ਦਲੇਰ ਸਿੰਘ ਵੀ ਕਹਿੰਦੇ ਨੇ ਉਹਨਾਂ ਦੇ ਉੱਪਰ 3 ਪਰਚੇ ਨੇ ਤੇ ਅਕਸ਼ੇ ਦੇ ਉੱਪਰ 1 ਪਰਚਾ ਹੈ ਇਹ ਸਾਰੇ ਕ੍ਰਿਮੀਨਲ ਸੀਗੇ ਜ਼ਿਆਦਾਤਰ ਇਹਨਾਂ ਦੇ ਜਿਹੜੇ ਪਰਚੇ ਹੈਗੇ ਉਹ ਫਿਰੋਜ਼ਪੁਰ ਦੇ ਵਿੱਚ ਹੈ ਅਲੱਗ ਅਲੱਗ ਤਰ੍ਹਾਂ ਦੇ ਹੈਗੇ ਚੋਰੀ ਚਕਾਰੀ ਕੇ ਵੀ ਹੈ ਐਨਡੀਪੀਐਸ ਦੇ ਵੀ ਹੈਗੇ ਤੇ ਮਰਡਰ ਦਾ ਵੀ ਹੈ ਇਹਨਾਂ ਦੀ ਜਿਹੜੀ ਲੋਕਲ ਰਾਈਵਲਰੀ ਹੈ ਇਹ ਕੋਈ ਬਹੁਤ ਪ੍ਰੋਮੀਨੈਂਟ ਗੈਂਗ ਹਾਲੇ ਤੱਕ ਕੋਈ ਸਾਡੇ ਨੋਟਿਸ 'ਚ ਨਹੀਂ ਆਇਆ ਪਰ ਲੋਕਲ ਲੈਵਲ 'ਤੇ ਇਹਨਾਂ ਦੀ ਆਪਸ 'ਚ ਇੰਨੀ ਜਿਹੜੀ ਰੰਜਿਸ਼ ਹੋਣ ਕਰਕੇ ਹੀ ਇਹਨਾਂ ਦੇ 2-3 ਮਰਡਰਸ ਆਪਸ 'ਚ ਹੋ ਚੁੱਕੇ ਹੈ ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ
ਇਹ ਸਿੱਧਾ ਹੀ ਪੰਜਾਬ ਤੋਂ ਬਾਹਰ ਨਿਕਲ ਗਏ ਸੀ ਇਨੀਸ਼ੀਅਲੀ ਇਨਵੈਸਟੀਗੇਸ਼ਨ, ਔਰ ਕਿਹਨਾਂ ਨੇ ਇਹਨਾਂ ਨੂੰ ਮਦਦ ਕੀਤੀ ਹੈ ਫੰਡਿੰਗ ਨੂੰ ਲੈ ਕੇ ਜਾਂ ਫਿਰ ਲੋਜਿਸਟਿਕ ਚੀਜ਼ਾਂ ਨੂੰ? ਜਿਵੇਂ ਮੈਂ ਪਹਿਲਾਂ ਦੱਸਿਆ ਹਲੇ ਬਹੁਤ ਜ਼ਿਆਦਾ ਅਰਲੀ ਹੈ ਕੋਈ ਵੀ ਗੱਲ ਕਹਿ ਪਾਉਣਾ, ਪਰ ਇੰਨੀ ਗੱਲ ਜ਼ਰੂਰ ਕਨਫਰਮ ਹੋਈ ਹੈ ਕਿ ਵੀ ਇਹ ਦਿੱਲੀ ਤੋਂ ਜਿਹੜੀ ਹੈਗੀ ਹੈ ਟ੍ਰੇਨ ਲੈ ਕੇ ਇਹ ਨੰਦੇੜ ਸਾਹਿਬ ਪਹੁੰਚੇ ਸੀ, ਲੈ ਕੇ ਰਸਤੇ ਚ ਪਹੁੰਚਣ ਲੱਗੇ ਔਨ ਦਾ ਵੇ ਦੇ ਆਰ ਗੋਇੰਗ ਟੂ ਰੀਚ, ਸਾਡੇ ਕੋਲ 10 ਤਰੀਕ ਤੱਕ ਉਹਨਾਂ ਦਾ ਟ੍ਰਾਂਜ਼ਿਟ ਰਿਮਾਂਡ ਹੈਗਾ, ਸੋ ਦੇ ਵਿਲ ਬੀ ਪ੍ਰੋਡਿਊਸਡ ਇਨ ਦ ਸਰ। ਮਾਸਟਰ ਮਾਈਂਡ ਕੌਣ ਹੈ? ਗੱਲ ਬਾਰ ਬਾਰ ਆ ਰਹੀ ਸੀ ਆਸ਼ੀਸ਼ ਚੋਪੜਾ ਹੈਪੀ ਦੀ ਗੱਲਬਾਤ ਆ ਰਹੀ ਹੈ, ਹੁਣ ਤੱਕ ਤਾਂ ਪਤਾ ਲੱਗਿਆ ਕਿ ਮਾਸਟਰ ਮਾਈਂਡ ਇਹਦੇ ਵਿੱਚ ਕੌਣ ਹੈ? ਹਾਲੇ ਤੱਕ ਦੀ ਇਨਫੋਰਮੇਸ਼ਨ ਦੇ ਵਿੱਚ ਇਹੀ ਹੈ ਆਸ਼ੀਸ਼ ਜਿਹੜਾ ਹੈਗਾ ਤੇ ਦੂਸਰਾ ਆਪਣਾ ਹੈਪੀ ਹੈਪੀ ਮਾਲ ਸੋ ਮੇਨ ਹਰਪ੍ਰੀਤ ਸਿੰਘ ਦੋਨਾਂ ਦਾ ਹੀ ਮੇਨ ਹੈਗਾ। ਦਲੀਪ ਨੂੰ ਹੀ ਮਾਰਨਾ ਸੀ ਜਾਂ ਫਿਰ ਇਹਨਾਂ ਦੀ ਪਲੈਨਿੰਗ ਸੀ ਸਾਰੇ ਜਿੰਨੇ ਵੀ ਗੱਡੀ ਚ ਨੇ, ਕਿਉਂਕਿ ਲੇਡੀ ਜਸਪ੍ਰੀਤ ਕੌਰ ਵੀ ਮਾਰੀ ਗਈ ਬੁਰੀ ਤਰ੍ਹਾਂ, ਔਰ ਲਗਾਤਾਰ ਕੰਟੀਨਿਊ ਇਹਨਾਂ ਨੇ ਫਾਇਰਿੰਗ ਕੀਤੀ ਹੈ, ਤੇ ਇਹਨਾਂ ਦਾ ਪਲੈਨਿੰਗ ਕੀ ਸੀ? ਜੋ ਹਲੇ ਤੱਕ ਸਾਹਮਣੇ ਆਇਆ ਉਹ ਇਹੀ ਸੀਗਾ ਦਲੀਪ ਹੀ ਇਹਨਾਂ ਦਾ ਟਾਰਗੇਟ ਸੀਗਾ, ਬਟ ਉਹਦੇ ਮੌਕੇ ਦੇ ਹੀਟ ਦੇ ਹੀਟ ਆਫ ਦੀ ਮੂਵਮੈਂਟ ਕੀ ਹੋਇਆ ਕਿਵੇਂ ਹੋਇਆ ਇਹ ਫਰਦਰ ਜਿਹੜੀਆਂ ਹੈਗੀਆਂ ਨੇ ਜਾਂ ਕੋਈ ਡੈਲੀਬਰੇਟ ਸੀਗਾ ਦੈਟ ਉਹ ਇੰਟਰੋਗੇਸ਼ਨ ਚ ਰਿਵੀਲ ਹੋਊਗਾ। ਇਹਨਾਂ ਨੇ ਨਹੀਂ ਜਿਹੜੇ ਮਰਡਰ ਸੀਗੇ ਦੇਖੇ ਉਹ 2019 ਦਾ ਹੈ, ਹਾਲਾਂਕਿ ਜਿਵੇਂ ਤੁਹਾਨੂੰ ਕਿਹਾ ਗਿਆ ਹੈ ਆਲਰੇਡੀ ਮੁਦਲੀ ਹਾਂਜੀ 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 ਉਹ ਜਿਹੜਾ ਮਰਡਰ ਸੀਗਾ ਉਹ 2019 ਦਾ ਹੈਗਾ, ਪਰ ਜਿਹੜੀ ਇਹ ਰਾਈਵਲਰੀ ਹੈ ਹੁਣ ਜਿਹੜੀ ਹਾਲ ਫਿਲਹਾਲ ਕੁਝ ਇਹਨਾਂ ਦੀ ਲੜਾਈ ਝਗੜਾ ਹੋਇਆ ਸੀ, ਸਾਨੂੰ ਇਹ ਵੀ ਪਤਾ ਚੱਲਾ ਹੈ ਮਈ ਦੇ ਮਹੀਨੇ 'ਚ ਝਗੜਾ ਹੋਇਆ ਸੀ, ਅਸੀਂ ਉਹਦਾ ਪਰਚਾ ਵੀ ਦਰਜ ਕੀਤਾ ਹੈ, ਉਸ ਤੋਂ ਲੈ ਕੇ ਇਹਨਾਂ ਦੀ ਐਨਮਿਟੀ ਵੱਧਦੀ ਜਾ ਰਹੀ ਸੀਗੀ। ਹਾਂਜੀ ਫਿਰੋਜ਼ਪੁਰ ਸਿਟੀ ਦੇ ਵਿੱਚ ਸਰ ਮਈ ਦੇ ਵਿੱਚ ਹਾਂਜੀ, ਤੇ ਉਹ ਲੈ ਕੇ ਐਨਮਿਟੀ ਇਹਨਾਂ ਦੀ ਵੱਧਦੀ ਜਾ ਰਹੀ ਸੀਗੀ, ਉਹਦੇ ਕਰਕੇ ਇਹਨਾਂ ਨੇ ਦਲਦੀਪ ਸਿੰਘ ਨੂੰ ਟਾਰਗੇਟ ਕੀਤਾ, ਨਾਲ ਉਹਨਾਂ ਦੇ ਜਿਹੜੇ ਦੋ ਦੋਸਤ ਸੀਗੇ ਫੈਮਿਲੀ ਮੈਂਬਰ ਸੀਗੇ, ਅਨਫੋਰਚੂਨੇਟਲੀ ਉਹ ਵੀ ਉਸਦੀ ਚਪੇਟ ਚ ਆ ਗਏ। ਮੈਮ ਇਹ ਲੋਕਲ ਇਨਵੋਲਵਮੈਂਟ ਹੋਰ ਵੀ ਕੋਈ ਸਾਹਮਣੇ ਆ ਰਹੀ ਹੈ, ਕਿਉਂਕਿ ਜਿਹੜੇ ਸ਼ੂਟਰਸ ਆਏ ਸੀ ਉਹਨਾਂ ਨੇ ਫਾਇਰ ਕਰਕੇ ਉੱਥੋਂ ਭੱਜ ਗਏ ਬਾਈਕਾਂ ਤੇ, ਹੋਰ ਵੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਜਿਨ੍ਹਾਂ ਨੇ ਇਹਨਾਂ ਨੂੰ ਸਾਰੀ ਚੀਜ਼ਾਂ ਮੁਹੱਈਆ ਕਰਾਈ ਹੋਵੇ? ਜਿਵੇਂ ਸਰ ਨੇ ਆਪ ਨੂੰ ਕਿਹਾ ਹੁਣ ਉਹ ਸਾਹਮਣੇ ਪੇਸ਼ ਹੋਣਗੇ, ਅਸੀਂ ਉਹਨਾਂ ਦਾ ਪ੍ਰੋਪਰਲੀ ਇੰਟਰੋਗੇਟ ਕਰਾਂਗੇ ਉਹਨਾਂ ਨੂੰ, ਐਂਡ ਐਨੀਬਡੀ ਜੋ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਆਫ ਕੋਰਸ ਵੀ ਵਿਲ ਨਾਟ ਸਪੇਅਰ ਦੈਮ ਆਲਸੋ। ਹਾਂਜੀ ਇਹ ਤੁਸੀਂ ਬੜਾ ਇੰਟਰਸਟ ਅੱਛਾ ਸਵਾਲ ਪੁੱਛਿਆ, ਇਹਦੇ ਸੰਬੰਧ ਦੇ ਵਿੱਚ ਆਲਰੇਡੀ ਹੁਣੇ ਹੀ ਲਾਸਟ ਤੋਂ ਲਾਸਟ ਵੀਕ ਇੱਕ ਦਿੱਲੀ ਦੇ ਵਿੱਚ NIA ਦੀ ਇੱਕ ਅੰਡਰ ਦੀ ਸੁਪਰਵੀਜ਼ਨ ਜਿਹੜੀ ਹੈਗੀ ਹੈ ਚੇਅਰਮੈਨਸ਼ਿਪ ਆਫ NIA ਇੱਕ ਇੰਟਰ ਸਟੇਟ ਕੋਆਰਡੀਨੇਸ਼ਨ ਮੀਟਿੰਗ ਹੋਈ ਸੀ, ਜੇ ਬੜੀ ਹਾਈ ਲੈਵਲ ਦੀ ਮੀਟਿੰਗ ਸੀਗੀ, ਉਹਦੇ 'ਚ IB ਅਤੇ ਸਾਰੇ ਦਿੱਲੀ ਪੁਲਿਸ, ਰਾਜਸਥਾਨ, ਹਰਿਆਣਾ, ਪੰਜਾਬ ਸਾਰੇ ਸਟੇਟਸ ਦੀ ਕੋਆਰਡੀਨੇਸ਼ਨ ਮੀਟਿੰਗ, ਉਹਦੇ ਵਿੱਚ ਵੀ ਇਹ ਇਸ਼ੂ ਜਿਹੜਾ ਤੁਸੀਂ ਵੈਪਨਸ ਦਾ ਹੈਗਾ ਅਤੇ ਕਿਹੜੇ ਸਟੇਟ 'ਚੋਂ ਆ ਰਹੇ ਨੇ, ਕਿੱਥੋਂ ਆ ਰਹੇ ਨੇ, ਇਹ ਸਾਰੀ ਇਨਫੋਰਮੇਸ਼ਨ ਸ਼ੇਅਰਿੰਗ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਜਿਵੇਂ ਜਿਵੇਂ ਇਨਪੁੱਟ ਆਉਂਦੀ ਹੈ, ਕੋਈ ਜਦੋਂ ਅਸੀਂ ਕੋਈ ਅਕਿਊਜ਼ ਫੜਦੇ ਹਾਂ, ਵੈਪਨਸ ਦੀ ਰਿਕਵਰੀ ਕਰਦੇ ਹਾਂ, ਸੋਰਸ ਦਾ ਪਤਾ ਲੱਗਦਾ ਹੈ, ਤਾਂ ਉਹਦੇ ਅਸੀਂ ਬੈਕ ਪਿੱਛੇ ਤੱਕ ਵੀ ਜਾਂਦੇ ਹਾਂ, ਪਲੱਸ ਜਿਹੜਾ ਹੈਗਾ ਉੱਥੋਂ ਦੇ ਜਿਹੜੇ ਲੋਕਲ ਪੁਲਿਸ ਹੈਗੀ ਉਹਨਾਂ ਨੂੰ ਵੀ ਅਸੀਂ ਸ਼ੇਅਰ ਕਰਦੇ ਹਾਂ। ਮੇਰੀ ਹਿੰਦੀ ਪੰਜਾਬੀ ਮਿਕਸ ਹੈ।
ਲਗਾਤਾਰ ਜਿਹੜੀ ਰਿਕਵਰੀਜ਼ ਵੀ ਹੋਈ ਹੈ, ਗੈਂਗਸਟਰ ਦਾ ਜਿਹੜਾ ਵੀ ਫਾਰਵਰਡਿਡ ਬੈਕਵਰਡਿਡ ਲਿੰਕੇਜ ਹੈ, AGDF ਵੱਲੋਂ ਪਿਛਲੇ ਦਿਨਾਂ ਚ ਕਿਸ ਤਰ੍ਹਾਂ ਦੀ ਰਿਕਵਰੀਜ਼ ਜਾਂ ਕਿਸ ਤਰ੍ਹਾਂ ਦੀ ਉਪਲਬਧੀ ਜਿਹੜੀ ਹੈ ਸਾਬਿਤ ਹੋਈ ਹੈ, ਕਿਉਂਕਿ ਇਸ ਕੇਸ ਚ ਕਾਫੀ ਲੀਡ AGDF ਕੋਲ ਸੀਗੀ ਜਿਹੜੀ ਇਹ ਮੇਨ। ਮੈਂ ਸੰਦੀਪ ਨੂੰ ਰਿਕੁਐਸਟ ਕਰਦਾ, ਸੰਦੀਪ AG ਸਾਹਿਬ ਤੁਹਾਨੂੰ ਬਰੀਫ ਕਰ ਦੇਣਗੇ ਇਹਦੇ ਤੇ। ਮੈਂ ਇਹਦੇ ਵਿੱਚ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਜਦੋਂ ਇਹ ਸਰਕਾਰ ਬਣਦੀ ਹੈ ਤੇ April 6 ਨੂੰ ਇਹਦੀ AGDF ਹੋਂਦ ਦੇ ਵਿੱਚ ਆਉਂਦੀ ਹੈ। ਇਹਦਾ ਕਲੀਅਰ ਕੱਟ ਮੈਂਡੇਟ ਸੀਗਾ ਕਿ ਜਿਹੜਾ ਗੈਂਗਸਟਰਿਜ਼ਮ ਜਿਹੜਾ ਪੰਜਾਬ 'ਚ ਵੱਧ ਰਿਹਾ ਉਸਨੂੰ ਜੜੋਂ ਪੱਟਣ ਦਾ ਸੀਗਾ ਮੈਂਡੇਟ, ਜਿਸ 'ਚ ਅਸੀਂ ਬੜਾ ਅੱਜ ਦੇ ਇਸ 2 ਸਾਲ ਦੇ ਜ਼ਿਆਦਾ ਅਰਸੇ ਤੋਂ ਅਸੀਂ ਇਸ ਗੱਲ ਨੂੰ ਬੜਾ ਸੰਤੋਸ਼ਜਨਕ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਜਿਵੇਂ ਤੁਸੀਂ ਪੁੱਛਿਆ ਅਚੀਵਮੈਂਟਸ ਹੈਗੀਆਂ, ਅਸੀਂ ਕੋਈ ਅਰਾਊਂਡ 1400 ਦੇ ਕਰੀਬ ਗੈਂਗਸਟਰਸ ਹੁਣ ਤੱਕ ਅਰੈਸਟ ਕੀਤੇ ਨੇ। ਅਸੀਂ ਤੁਹਾਨੂੰ ਇਹਦੇ ਵਿੱਚ ਗਰੁੱਪ ਦੇ ਵਿੱਚ ਪਾ ਦਾਂਗੇ ਜੋ ਅਸੀਂ ਕੀਤਾ ਹੈਗਾ। ਜੋ 12 ਗੈਂਗਸਟਰਸ ਔਰਗਨਾਈਜ਼ ਕ੍ਰਿਮੀਨਲਸ ਹੈਵ ਬੀਨ ਨਿਊਟਰਲਾਈਜ਼ਡ, ਜਿਹੜੇ ਮੋਡਿਊਲਸ ਅਸੀਂ ਬਸਟ ਕੀਤੇ ਉਹ 505 ਨੇ, ਵੈਪਨ 1332 ਨੇ ਅਤੇ ਵਹੀਕਲਸ ਜਿਹੜੀਆਂ ਕ੍ਰਾਈਮ ਦੇ ਵਿੱਚ ਯੂਜ਼ ਕੀਤੀਆਂ 292 ਨੇ। ਜਿਹੜਾ ਉਹਨਾਂ ਨੇ ਕੁਐਸਚਨ ਪੁੱਛਿਆ ਸੀਗਾ ਵੈਪਨਸ ਦੇ ਬਾਰੇ, ਇਹ ਜਿਹੜੀ ਸਾਡੀ ਅਸੀਂ ਵਿੱਚ ਦੇਖਿਆ ਹੈਗਾ ਕਿ ਕ੍ਰੋਸ ਬਾਰਡਰ ਦੇ ਵਿੱਚ ਵੀ ਵੈਪਨਸ ਆ ਰਹੇ ਨੇ ਜਿਹਨੂੰ ਅਸੀਂ ਫੋਰਨ ਮੇਡ ਕਹਿ ਦਿੰਦੇ ਹੈਗੇ ਹਾਂ। ਜਿਹੜਾ ਮੱਧਿਆ ਪ੍ਰਦੇਸ਼ ਇੰਟਰਲੈਂਡ ਹੈਗਾ ਇੱਧਰੋਂ ਸਾਨੂੰ ਬਿਹਾਰ ਮੱਧਿਆ ਪ੍ਰਦੇਸ਼ ਦੇ ਵਿੱਚੋਂ ਆ ਰਹੀ ਹੈਗੀ ਹੈ ਖੇਪਾਂ ਆਉਂਦੀਆਂ ਜਿਹੜੀਆਂ ਯੂਜ਼ ਹੁੰਦੀਆਂ ਕ੍ਰਾਈਮ ਦੇ ਵਿੱਚ ਵੀ ਜਾਂ ਅਸੀਂ ਰਿਕਵਰੀ ਕਰਦੇ ਹਾਂ। ਪਲੱਸ ਲਾਇਸੈਂਸੀ ਵੈਪਨਸ ਵੀ ਯੂਜ਼ ਹੁੰਦੇ ਹੈ, ਮਤਲਬ ਚਾਹੇ ਉਹ ਚੋਰੀ ਦੇ ਹੋਣ ਪਰ ਕਿਸੇ ਨਾ ਕਿਸੇ ਦੇ ਨਾਮ 'ਤੇ ਉਹ ਰਜਿਸਟਰਡ ਹੁੰਦੇ ਨੇ। ਇਹਦੇ ਵਿੱਚ ਜਿਹੜੀ ਚੌਹਾਨ ਸਾਹਿਬ ਨੇ ਗੱਲ ਕਹੀ ਹੈ ਕੋਆਰਡੀਨੇਸ਼ਨ ਦੀ ਗੱਲ ਕਰਦੇ ਹਾਂ, ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਸਾਡਾ AGDF ਦਾ ਜਿਹੜੀਆਂ ਦੂਜੇ ਸਟੇਟਸ ਦੀਆਂ ਸਪੈਸ਼ਲਾਈਜ਼ ਯੂਨਿਟਸ ਹੈਗੇ ਨੇ ਉਹਨਾਂ ਨਾਲ ਕਾਫੀ ਅੱਛਾ ਤਾਲਮੇਲ ਹੈ। ਔਰ ਜਿਹੜੀਆਂ ਸਾਡੀਆਂ ਸੈਂਟਰਲ ਏਜੰਸੀਜ਼ ਹੈਗੀਆਂ ਹੁਣ ਤੱਕ ਅਸੀਂ ਕੋਈ ਮਤਲਬ ਜਿਸ ਤਰ੍ਹਾਂ ਇੰਟਰਸਟੇਟ ਅਸੀਂ ਜਿਹੜੀਆਂ ਆਪਰੇਸ਼ਨਸ ਕੀਤੇ ਨੇ ਦੇ ਹੈਵ ਬੀਨ ਕੁਆਇਟ ਸਕਸੈਸਫੁਲ। ਅਸੀਂ ਬਿਹਾਰ, ਮਹਾਰਾਸ਼ਟਰਾ, ਮੱਧਿਆ ਪ੍ਰਦੇਸ਼, ਉੱਤਰਾਖੰਡ, ਵੈਸਟ ਬੰਗਾਲ, ਇੰਡੋ ਨੇਪਾਲ ਬਾਰਡਰ ਤੋਂ ਵੀ ਅਸੀਂ ਅਕਿਊਜ਼ਡ ਫੜ ਕੇ ਲੈ ਕੇ ਆਏ ਹੋਏ ਹੈਗੇ ਹਾਂ। ਹੁਣ ਤੱਕ ਅਸੀਂ ਮਤਲਬ ਦਿੱਲੀ, ਰਾਜਸਥਾਨ, ਜਿਹੜੀ ਤੁਹਾਡੀ ਗੱਲ ਕੀਤੀ ਹੈ ਕਿ ਕ੍ਰਾਈਮ ਇੱਕ ਚੀਜ਼ ਹੈਗੀ ਹੈ ਨੰਦੇੜ ਵਾਲੇ ਪਾਸੇ, ਦੂਜੇ ਨੰਦੇੜ ਸਾਹਿਬ ਵਾਲੇ, ਅਤੇ ਦੂਜੇ ਹੈਗੇ ਕਿ ਦੂਜੀ ਸਟੇਟਸ ਦੇ ਵਿੱਚ, ਬਿਕੋਜ਼ ਇਹਨਾਂ ਦਾ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹਨਾਂ ਦਾ ਜਿਹੜਾ ਗੈਂਗਸਟਰਸ ਦਾ ਨੈਕਸਸ ਹੈ ਦੂਜੀ ਸਟੇਟਾਂ ਦੇ ਗੈਂਗਸਟਰ ਗਰੁੱਪਸ ਨਾਲ ਜਿਹੜਾ ਨੈਕਸਸ ਬਣਦਾ ਹੈ, ਸੋ ਉਹ ਰੈਸੀਪ੍ਰੋਕੇਟ ਕਰਦੇ ਆ ਵੀ ਇੱਕ ਦੂਜੇ ਨੂੰ ਹਾਈਡਆਊਟਸ ਪ੍ਰੋਵਾਈਡ ਕਰ ਦਿੰਦੇ ਆ ਜਦੋਂ ਇੱਥੋਂ ਇਹ ਕੁਛ ਕਰਦੇ ਹੈਗੇ ਆ ਕੋਈ ਵਾਰਦਾਤ, ਅਤੇ ਉਹ ਫਿਰ ਆਪਣੇ ਕਾਊਂਟਰ ਪਾਰਟਸ ਨਾਲ ਆਪਣੇ ਨਾਲ ਜਿਹਨਾਂ ਨਾਲ ਕੰਟੈਕਟ ਕਰਕੇ ਉਹ ਦੇ ਪ੍ਰੋਵਾਈਡ ਦੀ ਹਾਈਡਆਊਟਸ। ਇਹਦੇ ਵਿੱਚ ਵੀ ਕਾਫੀ ਲੀਡਸ ਹੈਗੀਆਂ, ਉਹ ਵੀ ਵਿਲ ਐਕਸਪਲੋਰ ਦੈਟ ਇਨ ਦੀ ਕਮਿੰਗ ਡੇਜ਼। ਤਾਂ ਅਸੀਂ ਇਹਦੇ ਵਿੱਚ ਤਕਰੀਬਨ ਮਤਲਬ ਜਿਵੇਂ ਤੁਹਾਨੂੰ ਯਾਦ ਹੋਣਾ ਕਿ ਸ਼ੁਭਦੀਪ ਮੂਸੇਵਾਲ ਦੇ ਮਰਡਰ ਕੇਸਾਂ ਵਿੱਚ ਵੀ ਅਸੀਂ 3 ਜਿਹੜੇ ਅਕਿਊਜ਼ਡ ਇੰਡੋ ਨੇਪਾਲ ਬਾਰਡਰ ਤੋਂ ਫੜ ਕੇ ਲੈ ਕੇ ਆਏ ਸੀ। ਇੱਕ ਦੁਆਬੇ ਦੇ ਵਿੱਚ ਜਿਹੜਾ ਜੱਸਾ ਹੈਪੋਵਾਲ, ਇਹਦੇ ਵਿੱਚ ਅਸੀਂ 5-7 ਮਰਡਰ ਕੀਤੇ, ਅਸੀਂ ਉਹ ਵੈਸਟ ਬੰਗਾਲ ਤੋਂ ਲੈ ਕੇ ਆਏ। ਸ਼ੁਭਦੀਪ ਮੂਸੇਵਾਲ ਦੇ ਕੇਸ ਵਿੱਚ ਅਸੀਂ ਇੱਕ ਉੱਤਰਾਖੰਡ ਤੋਂ ਰਿਕਵਰੀ ਕੀਤੀ, ਮਹਾਰਾਸ਼ਟਰਾ ਤੋਂ ਰਾਜਨ ਗਏ ਸੀਗੇ ਇਹ ਲੈ ਕੇ ਆਏ। ਹੀ ਹੈਜ਼ ਕਾਟ ਵੈਰੀ ਇੱਕ ਟਾਈਪ ਗੈਂਗਸਟਰਸ, ਕੈਟੇਗਰੀ ਗੈਂਗਸਟਰਸ ਫਰੋਮ ਰਾਜਸਥਾਨ, ਹਰਿਆਣਾ। ਸੋ ਵੀ ਕੀਪ ਔਨ ਡੂਇੰਗ ਆਲ ਦੈਟ ਐਂਡ ਵੀ ਆਰ ਔਨ ਅ ਵੈਰੀ ਗੁੱਡ ਰਿਲੇਸ਼ਨਸ ਵਿਦ ਦੀ ਅਦਰ ਏਜੰਸੀਜ਼ ਸਾਡੀਆਂ ਸੈਂਟਰਲ। ਇਸ ਕੇਸ ਦੇ ਵਿੱਚ ਵੀ ਜਿਸ ਤਰ੍ਹਾਂ ਚੌਹਾਨ ਸਾਹਿਬ ਨੇ ਆਪ ਜੀ ਨੂੰ ਬਰੀਫ ਕੀਤਾ ਕਿ ਸੈਂਟਰਲ ਏਜੰਸੀਜ਼ ਨੇ ਬੜਾ ਸਾਨੂੰ ਸਹਿਯੋਗ ਦਿੱਤਾ, ਮਹਾਰਾਸ਼ਟਰਾ ਪੁਲਿਸ ਨੇ ਦਿੱਤਾ, AGP ਸਾਹਿਬ ਨੇ 3 ਵਜੇ ਸਾਰਾ ਕੋਆਰਡੀਨੇਸ਼ਨ ਕੀਤੀ 3 AM, ਸੋ ਜਾ ਕੇ ਅਸੀਂ ਕੋਈ 5:30-6 ਵਜੇ ਦੇ ਕਰੀਬ ਇਹਨਾਂ ਨੂੰ ਨੈਬ ਕੀਤਾ ਉੱਥੋਂ ਛਤਰਪਤੀ ਸ਼ਾਂਬਾ ਜੀ ਨਗਰ ਤੋਂ।
ਸੋ ਦਿਸ ਇਜ਼ ਆਲ ਕੋਆਰਡੀਨੇਸ਼ਨ ਦੀ ਜਿਹੜੀ ਅਸੀਂ ਗੱਲ ਕਰਦੇ ਹੈਗੇ ਹਾਂ। ਅਸੀਂ ਮੈਂ ਇਹਦੇ ਨਾਲ ਨਾਲ ਤੁਹਾਨੂੰ ਇਹ ਦੱਸ ਦੇਣਾ ਕਿ ਜਿਸ ਤਰ੍ਹਾਂ ਇਹਨਾਂ ਨੇ AGTF ਦਾ ਮੈਂ ਇੱਕੋ ਹੀ ਗੋਚੀ ਦੱਸ ਦਿੰਦਾ ਸਾਰਾ ਕੁਛ। AGTF ਦੇ ਵਿੱਚ ਹੁਣ ਤੱਕ ਜਿਹੜੀ ਅਸੀਂ ਫਾਰਮੇਸ਼ਨ ਹੈਗੀ ਆ ਸਾਡੇ ਕੋਈ ਤਕਰੀਬਨ 107-108 ਆਰਮਡ ਇੰਗੇਜਮੈਂਟ ਹੋ ਚੁੱਕੀ ਹੈ AGTF ਐਂਡ ਡਿਸਟ੍ਰਿਕਟ ਪੁਲਿਸ ਯੂਨਿਟਸ ਦੀਆਂ, ਜਿਹਦੇ ਵਿੱਚ ਮਤਲਬ ਅਸੀਂ ਕ੍ਰਿਮੀਨਲਸ 81 ਕ੍ਰਿਮੀਨਲਸ ਹੈਵ ਬੀਨ ਇੰਜਰਡ, ਨਿਊਟਰਲਾਈਜ਼ 16 ਹੈਗੇ ਨੇ, ਪੁਲਿਸ ਪਰਸਨਲ ਇੰਜਰਡ ਆ 26 ਐਂਡ ਪੁਲਿਸ ਪਰਸਨਲ ਮਾਰਟਰਡ ਆ 3। ਅਸੀਂ ਵੀ ਬਹੁਤ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹਦੇ ਵਿੱਚ, ਸੋ 26 ਸਾਡੇ ਪੁਲਿਸ ਮੁਲਾਜ਼ਮ ਇੰਜਰਡ ਵੀ ਹੋਏ ਨੇ, ਕਈਆਂ ਨੂੰ ਕਾਫੀ ਸੀਰੀਅਸ ਇੰਜਰੀਜ਼ ਹੋਈਆਂ। ਤਾਂ ਇਹ ਜਿਹੜਾ ਸਾਡਾ ਮੈਂਡੇਟ ਹੈ ਅਤੇ ਪਲੱਸ ਜਿਹੜਾ ਸਾਡਾ ਸਟੇਟ ਪ੍ਰਤੀ ਵਚਨਬੰਦੀ ਹੈ ਉਹਦੇ ਲਈ ਅਸੀਂ ਬੜੇ ਸੰਜੀਦਾ ਹੈਗੇ ਹਾਂ ਐਂਡ ਵੀ ਡੋਂਟ ਨੋ ਬੈਕ ਆਊਟ ਆਫ ਦੀਜ ਥਿੰਗਸ ਕਿ ਅਸੀਂ ਚੰਗੀ ਤਰ੍ਹਾਂ ਇਹਨੂੰ ਵਧੀਆ ਤਰੀਕੇ ਨਾਲ ਕਰ ਰਹੇ ਹੈਗੇ। ਇੰਟਰ ਸਟੇਟ ਓਪਰੇਸ਼ਨਸ ਦੀ ਮੈਂ ਗੱਲ ਕਰ ਦਿੱਤੀ, ਉਸ ਤੋਂ ਬਾਅਦ ਅਸੀਂ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਦੀ ਗੱਲ ਕੀਤੀ, ਅਸੀਂ ਕਈ ਆਪ ਜੀ ਨੇ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਵਿੱਚ ਕਸੀਦੇ ਗਾਏ ਜਾ ਰਹੇ ਨੇ ਵੀ ਗੈਂਗਸਟਰ, ਕਿਉਂਕਿ ਇਹ ਲਿਓਰ ਕਰਦੇ ਨੇ ਜਿਹੜੇ ਕੋਈ ਔਨ ਦਾ ਫ੍ਰਿੰਜ ਹੁੰਦੇ ਨੇ, ਅਨਇੰਪਲੋਇਡ ਹੈ ਜਾਂ ਡਰੱਗ ਅਬਿਊਜ਼ਰ ਹੈਗਾ। ਇੰਸਟਾਗ੍ਰਾਮ ਤੇ ਫੇਸਬੁੱਕ ਦੇ ਵਿੱਚ 203 ਅਕਾਊਂਟਸ ਬਲੌਕ ਵੀ ਕਰਵਾਏ ਨੇ ਏਜੰਸੀਜ਼ ਨੂੰ ਕਹਿ ਕੇ, ਜਿਹੜਾ ਵੀ ਉਹਦੀ ਨੋਡਲ ਜਿਹੜੀ ਪ੍ਰੀਮੀਅਰ ਏਜੰਸੀ ਹੈਗੀ ਹੈ। ਇਸ ਤੋਂ ਇਲਾਵਾ ਇਹਨਾਂ ਦਿਨਾਂ ਦੇ ਵਿੱਚ ਇਨਪੁਟ ਸ਼ੇਅਰਡ ਬਾਏ ਦੀ AGTF ਐਂਡ ਦੀ ਡਿਫਰੈਂਟ, ਅਸੀਂ 6 ਕ੍ਰਿਮੀਨਲਸ ਅਤੇ ਔਰਗਨਾਈਜ਼ ਕ੍ਰਿਮੀਨਲਸ ਜਿਹੜੇ ਹੈਗੇ ਆ ਗੈਂਗਸਟਰਸ ਐਕਸਟਰਾਡਾਈਟ ਤੇ ਡਿਪੋਰਟ ਕਰਵਾਏ ਨੇ। ਜਿਸ ਤਰ੍ਹਾਂ ਹੁਣੀ ਆਪਨੇ ਦੇਖਿਆ ਹੋਣਾ ਰੋਮੀ ਹੋਂਗਕੋਂਗ ਵਾਸ ਇਨ ਦੀ ਨਿਊਜ਼, ਜਿਹੜਾ ਅਕਿਊਜ਼ ਸੀਗਾ ਨਾਭਾ ਜੇਲ ਬਰੇਕ ਕੇਸ ਦੇ ਵਿੱਚ, ਤਪੀਤਾ, ਮਨਦੀਪ, ਫਿਲੀਪੀਨਸ, ਵਿਕਰਮ ਬਰਾੜ, ਇਹ ਸਾਰੇ ਅਸੀਂ ਉੱਥੋਂ ਸਚਿਨ ਜਿਹੜਾ ਉਹਦੇ ਵਿੱਚ ਸਚਿਨ ਥਾਪਿਨ ਜਿਹੜਾ ਮੂਸੇਵਾਲ ਦੇ ਕੇਸ ਦੇ ਵਿੱਚ ਅਕਿਊਜ਼ਡ ਹੈਗਾ। ਸੋ ਵੀ ਹੈਵ ਸਕਸੈਸਫੁਲੀ ਡਿਪੋਰਟਡ ਐਂਡ ਐਕਸਟ੍ਰੈਡਿਟਡ ਦੈਮ। ਸੋ ਦਿਸ ਇਜ਼ ਆਲ ਵਟ ਆਈ ਕੈਨ ਸੇ ਫਰੋਮ ਦੀ।